ਚਲੋ ਦੱਸੋ ਕੀ ਕਹਿਣਾ ਚਾਹੁੰਦੇ ਹੋ, ਬੋਲੋ ਅੱਜ ਮੰਤਰੀ ਜੀ ਆਏ ਆ, ਮੈਂ ਤੂੰ ਖੜ ਨਾਲ ਕਰ ਤੁਸੀਂ ਬਸ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਮੇਰੇ ਵੀਰ ਅਮਰ ਸਿੰਘ ਜੀ, ਮੇਰਾ ਵੀਰ ਗੋਰਾ ਡੋਲ, ਮੇਰਾ ਵੀਰ ਸੀਪਾ ਜੀ, ਅਤੇ ਪਿੰਡਾ ਜੀ, ਇਹਨਾਂ ਸਾਰਿਆਂ ਦੇ ਸਹਿਯੋਗ ਨਾਲ, ਅਤੇ ਮੇਰਾ ਵੀਰ ਸ਼ਰਮਾ ਜੀ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਆ, ਅਤੇ ਫੱਤਾ ਸਿੰਘ ਜੀ ਸਰਪੰਚ ਹਸਰ ਭੱਟੀ ਤੋਂ, ਉਹਨਾਂ ਦੇ ਸਹਿਯੋਗ ਨਾਲ ਅੱਜ ਰਾਬਰ ਦੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਮਾਣਯੋਗ ਮੋਦੀ ਸਾਹਿਬ ਦੇ ਕੀਤੇ ਹੋਏ ਕੰਮਾਂ ਦੇ ਨਾਲ, ਕਿਉਂਕਿ ਮੋਦੀ ਸਾਹਿਬ ਨੇ ਗਰੀਬਾਂ ਦੀ ਚਿੰਤਾ ਕੀਤੀ, ਗਰੀਬ ਕਲਿਆਣ ਅੰਨ ਯੋਜਨਾ ਚਲਾਈ, ਆਵਾਸ ਯੋਜਨਾ ਚਲਾਈ, ਉਜਵਲਾ ਯੋਜਨਾ ਚਲਾਈ, ਆਯੁਸ਼ਮਾਨ ਭਾਰਤ ਕਾਰਡ ਚਲਾਇਆ, ਕਿਸਾਨ ਸਨਮਾਨ ਨਿਧੀ ਚਲਾਈ। ਇਸ ਕਰਕੇ ਲੋਕ ਮੋਦੀ ਸਾਹਿਬ ਦੇ ਨਾਲ ਹੁਣ ਹਮਾ ਕੇ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਸਹਿਯੋਗ ਮਿਲ ਰਿਹਾ ਸੀ। 13 ਦੀਆਂ 13 ਸੀਟਾਂ ਪੰਜਾਬ ਦੀਆਂ ਜਿੱਤਣ ਜਾ ਰਹੇ ਹਾਂ, ਅਤੇ ਦੇਸ਼ ਵਿੱਚ ਸਾਡੀ 400-500 ਤੋਂ ਵੱਧ ਸੀਟਾਂ ਨਾਲ ਸਰਕਾਰ ਬਣੂ। ਜਿਸ ਤਰ੍ਹਾਂ ਅੱਗੇ ਜੀ ਨਵਰਾਜ ਹੰਸੀ ਹੰਸਰਾਂ ਦੇ ਬੇਟੇ ਇੱਥੇ ਆਏ ਸੀਗੇ, ਉਹਨਾਂ ਦਾ ਵਿਰੋਧ ਕੀਤਾ ਗਿਆ ਸੀਗਾ, ਅਤੇ ਹੁਣ ਅੱਜ ਕੇਵਲ ਸਰਪੰਚ ਜਿਹੜੇ ਸਾਡੇ ਸਾਬਕਾ ਸਰਪੰਚ, ਅਤੇ ਹੋਰ ਸਾਡੇ ਨਗਰ ਦੇ ਇੱਥੋਂ ਦੇ ਜਿਹੜੇ ਲੋਕ ਹੈ, ਉਹਨਾਂ ਨੇ ਤੁਹਾਨੂੰ ਬੁਲਾਇਆ। ਅੱਜ ਤੁਹਾਨੂੰ ਇੱਥੇ ਆ ਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਡੋਡ ਦੇ? ਮੇਰਾ ਵੀਰ ਗੋਰਾ ਡੋਡ ਨੇ ਉੱਦਣ ਸਾਨੂੰ ਸੱਦਿਆ ਸੀ, ਮੈਂ ਨਵਰਾਜ ਹੰਸੀ ਨਾਲ ਇੱਥੇ ਬਾਹਰਲੀ ਧਰਮਸ਼ਾਲਾ ਦੇ ਵਿੱਚ ਆਇਆ ਸੀ, ਅਤੇ ਉੱਦਣ ਕੁਝ ਸ਼ਰਾਰਤੀ ਬੰਦਿਆਂ ਨੇ ਜਾਣ ਬੁੱਝ ਕੇ ਸਾਨੂੰ ਐਂਟਰ ਕਰਨ ਤੋਂ ਰੋਕਿਆ, ਪਰ ਮੈਂ ਉੱਦਣ ਧੰਨਵਾਦ ਕਰਦਾ ਸੰਗਤ ਦਾ, ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਸਾਨੂੰ ਉੱਥੇ ਉੱਦਣ ਪ੍ਰੋਗਰਾਮ ਕਰਨ ਦਿੱਤਾ, ਅਤੇ ਕੁਝ ਮੰਗਾਂ ਸਾਡੇ ਸਾਥੀਆਂ ਨੇ ਰੱਖੀਆਂ ਸੀ। ਅੱਜ ਸਾਡੇ ਬਜ਼ੁਰਗ ਮਿੱਠੂ ਸਾਹਿਬਜ਼ਾਦਾ ਦੀ ਬਦੌਲਤ ਇਹ ਸੰਯੋਗ ਮਿਲਿਆ ਸਾਰਿਆਂ ਦਾ। ਮੇਰੇ ਵੀਰ ਨੇ ਜਿਵੇਂ ਦੱਸਿਆ, ਅੱਜ ਮਿੱਠੂ ਸਾਹਿਬਜ਼ਾਦਾ ਜੀ ਜਿਹੜੇ ਆ ਉਹਨਾਂ ਦੀ ਬਦੌਲਤ ਇਹ ਸਹਿਯੋਗ ਮਿਲਿਆ। ਮਿੱਠੂ ਸਾਹਿਬਜ਼ਾਦਾ ਆ, ਮਿੱਠੂ ਆਇਆ ਨੇੜੇ 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 ਇੱਥੇ ਆ ਪਿੱਛੇ ਕਰਦਾ ਇਹ ਸਾਡੇ ਮਿੱਠੂ ਸਾਹਿਬਜ਼ਾਦਾ ਜੀ ਦੇ ਸਹਿਯੋਗ ਨਾਲ ਅੱਜ ਇੱਥੇ ਸੰਗਤ ਦਾ ਵਧੀਆ ਸਾਨੂੰ ਭਰਮਾ ਹੁੰਗਾਰਾ ਮਿਲਿਆ, ਅਤੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ, ਮੇਰੇ ਨਾਲ ਸਾਡੇ ਉੱਤਰਾਖੰਡ ਤੋਂ ਮੰਤਰੀ ਅਜੇ ਰਾਜੌਰ ਜੀ, ਮੇਰੇ ਵੱਡੇ ਭਰਾ, ਉਹ ਵੀ ਸੰਗਤ ਨੂੰ ਰੂਬਰੂ ਹੋਣ ਲਈ ਮਿਲਣ ਆਏ। ਆ ਕਿਸਾਨ ਸਾਡੇ ਭਰਾ, ਸਾਡਾ 9 ਮਾਸ ਦਾ ਰਿਸ਼ਤਾ, ਸਾਡਾ ਉਹਦੇ ਨਾਲ ਕੋਈ ਵੈਰ ਨਾ, ਕਾਹੂ ਤੇ ਦੋਸਤੀ ਨਾ ਕਾਹੂ ਤੇ ਵੈਰ, ਅਸੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ, ਦੇਸ਼ ਲਈ ਕੰਮ ਕਰਨਾ, ਪੰਜਾਬ ਲਈ ਕੰਮ ਕਰਨਾ, ਲੋਕਾਂ ਲਈ ਕੰਮ ਕਰਨਾ, ਉਹ ਆਪਦਾ ਕੰਮ ਕਰ ਰਹੇ ਆ ਜੀ, ਅਸੀਂ ਆਪਦਾ ਕੰਮ ਕਰ ਰਹੇ ਹਾਂ, ਸਾਡਾ ਅਸੀਂ ਪੋਲੀਟੀਕਲ ਪਾਰਟੀਆਂ, ਅਸੀਂ ਵੋਟ ਮੰਗਣਾ, ਜਨਤਾ ਨੂੰ ਅਪੀਲ ਕਰਦੇ ਹਾਂ, ਮੋਦੀ ਸਾਹਿਬ ਦੀਆਂ ਨੀਤੀਆਂ ਬਾਰੇ ਦੱਸਣਾ, ਅਸੀਂ ਉਹ ਦੱਸ ਰਹੇ ਹਾਂ। ਕਰ ਲੈ ਕਰ ਲੈ ਕਰ ਲੈ
ਕੀ ਹਾਲਤ ਨੂੰ ਕੀ ਲਿਆ ਫਿਰਦਾ ਕੀ ਹਾਲਤ ਨੂੰ ਸਾਰਾ ਵੱਧ ਕੰਮ ਮੰਗੇ ਦਾ ਹੁੰਦਾ ਸਾਰਾ ਵੱਧ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਅਨਿਊਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।